ਦੋਸਤੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਕੋਟਪੂਰਾ ਦੇ ਫਨ ਪਲਾਜ਼ਾ ਦੇ ਵਿੱਚ ਜਿੱਥੇ ਅੱਜ ਸਾਡੇ ਮਾਨ ਸਾਹਿਬ ਹਰਭਜਨ ਮਾਨ ਦੀ ਫਿਲਮ ਰਿਲੀਜ਼ ਹੋਈ ਹੈ ਹਾਨੀ ਫਸਟ ਸ਼ੋਅ ਹੈ ਪਹਿਲਾ ਦਿਨ ਹੈ ਬਹੁਤ ਸਾਰੇ ਦਰਸ਼ਕ ਆ ਰਹੇ ਹਨ ਅਤੇ ਫਿਲਮ ਨੂੰ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ ਹੈ ਸਭ ਤੋਂ ਅਲੱਗ ਸਟੋਰੀ ਹੈ ਜੀ ਠੀਕ ਹੈ ਦਰਸ਼ਕਾਂ ਨੇ ਖੂਬ ਇਸਦਾ ਇੰਜੋਏ ਕੀਤਾ ਐਂਡ ਸਾਡੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਆਓ ਨੂੰ ਵੱਧ ਤੋਂ ਵੱਧ ਦੇਖਣ ਤਾਂ ਜੋ ਸਾਡੇ ਹਰਭਜਨ ਮਾਨ ਸਾਹਿਬ ਦੇ ਹੌਸਲੇ ਹੋਰ ਬੁਲੰਦ ਹੋਣ ਅਤੇ ਅੱਗੇ ਤੋਂ ਇਹੋ ਜਿਹੀਆਂ ਹੀ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਫਿਲਮਾਂ ਨੂੰ ਬਣਾਉਣ ਸਟੋਰੀ ਸਭ ਤੋਂ ਐਕਸਟਰਾ ਜੀ ਸਟੋਰੀ ਆ ਪੰਜਾਬੀ ਸੱਭਿਆਚਾਰ ਠੀਕ ਹੈ ਜੀ ਹਰਭਜਨ ਮਾਨ ਸਾਹਿਬ ਨੇ ਬਾਬੂ ਸਿੰਘ ਮਾਨ ਨੇ ਅਵਤੋਜ ਮਾਨ ਜੀ ਨੇ ਮਿਹਨਤ ਕੀਤੀ ਇੰਨੀ ਕਿ ਬਹੁਤ ਵਧੀਆ ਸਟੋਰੀ ਲਿਖੀ ਬਹੁਤ ਹੀ ਵਧੀਆ ਆਲ ਦਾ ਬੈਸਟ ਆ ਬਹੁਤ ਵਧੀਆ ਵਾਹ ਓਏ ਕਾਰੀਗਰ ਕਿਆ ਮੂਰਤ ਘੜੀ ਹੈ ਬੰਦਾ ਕਤਲੀ ਹੋ ਜੇ ਇਹਦੀ ਖਾਤਰ ਵਾਹ ਬਿਊਟੀਫੁਲ ਇਹਦੇ ਲਈ ਤੇ ਬੰਦਾ ਕਤਲੀ ਹੋ ਜਾਏ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਫੈਮਿਲੀ ਦੇ ਵੇਖਣ ਯੋਗ ਹੈ ਜੀ ਫਿਲਮ ਪਰਿਵਾਰਕ ਬਹਿ ਕੇ ਵੇਖਣਾ ਸੱਭਿਆਚਾਰ ਫਿਲਮਾਂ ਜੀ ਦੂਜਿਆਂ ਨਾਲ ਸਟੋਰੀ ਕਿਵੇਂ ਲੱਗਦਾ ਵਾਹ ਓਏ ਕਾਰੀਗਰ ਕਿਆ ਮੂਰਤ ਘੜੀ ਹੈ ਬੰਦਾ ਕਤਲੀ ਹੋ ਜਾਏ ਇਹਦੀ ਖਾਤਰ ਵਾਹ ਬਿਊਟੀਫੁਲ ਇਹਦੇ ਲਈ ਤੇ ਬੰਦਾ ਕਤਲੀ ਹੋ ਜਾਏ ਸੋਨਾ ਮੇਰਾ ਸੋਨਾ ਗੋਲਡ ਪਿਓਰ ਨਹੀਂ ਤਾਂ ਤੂੰ ਉਹਨਾਂ ਕੈਨੇਡਾ ਵਾਲੀਆਂ ਨੂੰ ਛੱਡ ਕੇ ਇੱਥੇ ਨਾ ਆਉਂਦਾ ਮੈਨੂੰ ਕਿਹਾ ਮੈਨੂੰ